ਕਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਦੇ ਅੰਦਰ ਲੋਕਡਾਊਨ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋੜਵੰਦ ਵਿਅਕਤੀਆਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਸ ਦੇ ਤਹਿਤ ਹੀ ਨਗਰ ਕੌਂਸਲ ਗੁਰਾਇਆਂ ਦੇ ਅਧੀਨ ਆਉਂਦੇ ਵਾਰਡ ਨੰਬਰ 2 ਵਿੱਚ ਲੋੜਵੰਦ ਪਰਿਵਾਰਾਂ ਨੂੰ ਈਓ ਰਣਧੀਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਦਾਰਾ ਸਿੰਘ ਰਾਏ ਅਤੇ ਕੌਂਸਲਰ ਰੌਸ਼ਨ ਲਾਲ ਬਿੱਟੂ ਵੱਲੋਂ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬੋਲਦਿਆਂ ਈਓ ਰਣਧੀਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹਰ ਲੋੜਵੰਦ ਵਿਅਕਤੀ ਤੱਕ ਉਹਨਾਂ ਵੱਲੋਂ ਰਾਸ਼ਨ ਪਹੁੰਚਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਦਾਰਾ ਸਿੰਘ ਰਾਏ ਨੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਧੰਨਵਾਦ ਵੀ ਕੀਤਾ। ਸਾਹ ਦਾ ਅਫਸਰ ਰਣਧੀਰ ਸਿੰਘ, ਨਗਰ ਕੌਂਸਲ ਗੁਰਾਇਆਂ। ਅੱਜ ਅਸੀਂ ਗੁਰਾਇਆਂ ਦੇ ਵਾਰਡ ਨੰਬਰ 2 ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰੀਬ ਫੈਮਿਲੀਜ਼ ਲਈ ਜਿਹੜਾ ਅਨਾਜ ਆ ਉਹ ਲੈ ਕੇ ਆਏ ਹਾਂ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਵੀ ਗਰੀਬ ਫੈਮਿਲੀਜ਼ ਆ ਜਿਨ੍ਹਾਂ ਨੂੰ ਅਨਾਜ ਦੀ ਲੋੜ ਆ, ਅਤੇ ਅਸੀਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਦੇ ਘਰ ਘਰ ਅਨਾਜ ਜਿਹੜਾ ਪਹੁੰਚਾਈਏ। ਪਹਿਲਾਂ ਵੀ ਨਗਰ ਕੌਂਸਲ ਵੱਲੋਂ ਕੋਸ਼ਿਸ਼ ਕਰਕੇ 500 ਪੈਕਟ ਦੇ ਕਰੀਬ ਇੱਥੇ ਪਹੁੰਚਾਏ ਗਏ ਸੀਗੇ, ਅਤੇ ਹੁਣ ਵੀ ਅਸੀਂ ਜਿਹੜੇ ਆ ਅੱਗੇ ਵੀ ਇਸੇ ਤਰ੍ਹਾਂ ਇਹ ਰੋਜ਼ਾਨਾ ਜਾਰੀ ਰਹੇ। ਅੱਜ ਕਰੋਨਾ ਦੀ ਮਹਾਂਮਾਰੀ ਵਿੱਚ ਦੇ ਚੱਲਦਿਆਂ ਹੋਇਆ ਜੋ ਕਰਫਿਊ ਲੱਗਾ ਹੈ ਪੰਜਾਬ 'ਚ, ਉਹਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਨੇ ਘਰ ਘਰ ਰਾਸ਼ਨ ਦੇ ਪਹੁੰਚਾਉਣ ਦਾ ਜੋ ਪ੍ਰਣ ਲਿਆ ਹੈ, ਅਤੇ ਅੱਜ ਸਾਡੇ ਵਾਰਡ ਨੰਬਰ 2 ਦੇ ਵਿੱਚ ਤਕਰੀਬਨ 60 ਫੈਮਿਲੀਆਂ ਨੂੰ ਰਾਸ਼ਨ ਦਿੱਤਾ ਜੋ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ। ਹਰ ਇੱਕ ਬੰਦੇ ਦੇ ਘਰ ਘਰ ਜਾ ਕੇ ਹੋਮ ਡਿਲੀਵਰੀ ਕੀਤੀ ਗਈ ਹੈ। ਜੋ ਵੀ ਲੋੜਵੰਦ ਬੰਦੇ ਸੀ ਸਾਰੇ ਲੋੜਵੰਦ ਫੈਮਿਲੀਆਂ ਨੂੰ ਇਹ ਰਾਸ਼ਨ ਪਹੁੰਚਾਇਆ ਗਿਆ, ਅਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਲੋੜਵੰਦ ਲੋਕ ਫੈਮਿਲੀਆਂ ਨੂੰ ਇਹ ਰਾਸ਼ਨ ਪਹੁੰਚਾਇਆ ਹੈ। ਅਤੇ ਨਾਲ ਹੀ ਮੈਂ ਅਪੀਲ ਕਰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਪੰਜਾਬ ਸਰਕਾਰ ਪ੍ਰਸ਼ਾਸਨ ਦਾ ਸਾਥ ਦਿਓ, ਆਪਣੇ ਘਰਾਂ ਵਿੱਚ ਰਹਿ ਕੇ ਇਹ ਮਹਾਂਮਾਰੀ ਦੀ ਚੈਨ ਨੂੰ ਤੋੜੋ।